मैं भाजी आया वा 7 बजे का मैनू 5 दिन हो गए मेरी फाइल जमा करनी सी जाति सर्टिफिकेट की वो बस जो आ जाने कहते भी ऐ करके सिस्टम स्लो है जी फिर आज दूजे दिन आज मैं सर वीरवार का आ रहा हाँ जी मैं 7 बजे आ जाना भीरे 7:30 ਤੱਕ ਆ ਕੇ ਬਹਿ ਜਾਣਾ ਇੱਥੇ ਮੈਂ ਆਮਦਨ ਸਰਟੀਫਿਕੇਟ ਦਵਰੀ ਕਿਹੜਾ ਸਰਟੀਫਿਕੇਟ ਆਮਦਨ ਸਰਟੀਫਿਕੇਟ ਦਾ ਬੱਚੇ ਦੀ ਫਾਈਲ ਜਮ੍ਹਾਂ ਕਰਾਉਂਦੇ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਸੰਗਰਾਂਦ ਦਾ ਦਿਨ ਦੀ ਫਿਰਦੀ ਆ ਵੀ ਸੰਗਰਾਂਦ ਵਾਲੇ ਦਿਨ ਦੀ ਕਿੰਨੇ ਵਜੇ ਆ ਜਾਂਦੇ ਤੁਸੀਂ 7 ਵਜੇ ਦੇ ਆਏ ਮੇਰੇ ਪਰਸੋਂ ਵੀ ਆ ਕੇ ਮੁੜ ਕੇ ਚੌਥੇ ਵੀ ਆ ਕੇ ਮੁੜ ਕੇ ਕੋਈ ਸੁਣਵਾਈ ਨਹੀਂ ਇੱਥੇ ਹੈਗੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੀ ਕਰਦੇ ਆ ਸਪਾਰਸ ਵਾਲੇ ਨੂੰ ਘਾਈਆਂ ਤੇ ਦੂਜੇ ਖੜੇ ਚੱਕ ਜਾਂਦੇ ਆ ਓਕੇ ਗਰੀਬ ਗਰਬੇ ਤੇ ਕੋਈ ਨਹੀਂ ਸੁਣਦਾ ਇੱਥੇ ਅਸੀਂ ਸਾਰੇ ਜਾਣਦੇ ਆ ਵੀ 1.5-2 ਸਾਲ ਤੋਂ ਲੋਕਡਾਊਨ ਕਰਕੇ ਸਕੂਲ ਸਾਰੇ ਬੰਦ ਆ ਇਸ ਟਾਈਮ ਤੇ ਐਡਮਿਸ਼ਨ ਓਪਨ ਆ ਤੇ ਬੱਚਿਆਂ ਨੂੰ ਆਮਦਨ ਸਰਟੀਫਿਕੇਟ ਆ ਜਿਹੜੇ ਉਹ ਸਭ ਤੋਂ ਜ਼ਰੂਰੀ ਚਾਹੀਦੇ ਆ ਉਹ ਮਾਪਿਆਂ ਦੇ ਬੰਨੇ ਆ ਮਾਪੇ ਲਗਭਗ ਉਹ ਵੱਡੀ ਗਿਣਤੀ 'ਚ ਸਾਰੇ ਅਨਪੜ ਆ ਇਸ ਕੇਂਦਰ ਦਾ ਇਹ ਕੰਮ ਹੈ ਵੀ ਜਿਹੜੇ ਟੈਪੈਸਟ ਤੋਂ ਲੈ ਕੇ ਫੋਨ ਆਉਂਦਾ ਅਤੇ ਪੈਸਿਆਂ ਦੀ ਗੱਲ ਹੁੰਦੀ ਆ ਉਹ ਅੰਦਰ ਚਲੇ ਜਾਂਦੇ ਉਹ ਸੱਚ ਆ ਜਿਹੜੀ ਗੱਲ ਮਾਤਾ ਕਹਿੰਦੀ ਆ ਦੂਜੇ ਲੋਕਾਂ ਨੂੰ ਟੋਕਨ ਦੇ ਕੇ ਅਗਲੇ ਦਿਨ ਫਿਰ ਅਗਲੇ ਦਿਨ ਫਿਰ ਅਗਲੇ ਦਿਨ ਜਿਹੜਾ ਜਾਣ ਵਾਲਾ ਕੰਮ ਉਹ ਰੋਜ਼ ਮਜ਼ਾਰ ਹੁੰਦਾ ਅਸੀਂ ਵੀ ਇੱਕ ਆਮਦਨ ਸਰਟੀਫਿਕੇਟ ਦੇ ਚੱਕਰ 'ਚ ਜਿਹੜਾ ਇੱਥੇ ਆਏ ਸੀ ਇੱਥੇ ਪਤਾ ਲੱਗਿਆ ਕਿ ਵੱਡੀ ਗਿਣਤੀ 'ਚ ਜਿਹੜੇ ਟੋਕਨ ਆ ਇੱਕ ਹਫ਼ਤੇ ਦੇ ਪੇਂਡਿੰਗ ਆ ਜਿਹੜੇ ਉਹ ਅੱਜ ਕੱਢ ਰਹੇ ਆ ਅੱਜ ਵਾਲੇ ਆ ਜਿਹੜੇ ਉਹ ਅਗਲੇ ਹਫ਼ਤੇ ਤੱਕ ਫਿਰ ਚਲੇ ਜਾਣੇ ਆ 4 ਕੈਬਨ ਆ ਬਾਰੀ ਸਹਿਰਾ ਜਿਹੜੇ 4 ਮੁਲਾਜ਼ਮ ਆ ਉੱਠ ਖੜਦੇ ਆ ਫਿਰ ਕਿੰਨਾ ਕਿੰਨਾ ਟਾਈਮ ਉਹ ਬੈਠਦੇ ਨਹੀਂ ਇਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਇਹ ਜਾਇਜ਼ ਆ ਦੇਖੋ ਜੀ ਇਹ ਸਰਕਾਰ ਦਾ ਕੰਮ ਆ ਗਿਣਤੀ ਲੋਕਾਂ ਨੇ ਨਹੀਂ ਪੂਰੀ ਕਰਨੀ ਲੋਕਾਂ ਦਾ ਕੰਮ ਆ ਲੋਕਾਂ ਨੇ ਆਪਦੇ ਕੰਮ ਕਰਾਉਣੇ ਆ ਸੁਵਿਧਾ ਕੇਂਦਰਾਂ ਸਾਂਝ ਕੇਂਦਰਾਂ ਬਣੇ ਆ ਲੋਕਾਂ ਦੇ ਕੰਮ ਕਰਨ ਵਾਸਤੇ ਸਰਕਾਰ ਦਾ ਕੰਮ ਆ ਵੀ ਮੁਲਾਜ਼ਮਾਂ ਦੀ ਗਿਣਤੀ ਪੂਰੀ ਕਰੇ ਮੁਲਾਜ਼ਮਾਂ ਦਾ ਕੰਮ ਆ ਕਿ ਉਹ ਸਰਕਾਰ ਤੱਕ ਆ ਜਿਹੜੀ ਆਪਦੀ ਮੰਗ ਉਹ ਪਹੁੰਚਾਉਣ ਇਹ ਬਹਾਨੇਬਾਜ਼ੀ ਆ ਕਿਉਂਕਿ ਜੇ 2 ਮੁਲਾਜ਼ਮਾਂ ਤਾਂ 2 ਨੇ ਵੀ ਕੰਮ ਕਰਨਾ ਜੇ 4 ਤਾਂ 4 ਨੇ ਵੀ ਕੰਮ ਕਰਨਾ ਹਾਂਜੀ ਲਖਵੀਰ ਜੀ ਕਾਫੀ ਸਮੇਂ ਤੋਂ ਜਿਹੜੇ ਲੋਕਾਂ ਦੀ ਮੰਗ ਆਗੀ ਉਹ ਪੂਰੀ ਨਹੀਂ ਹੋ ਰਹੀ ਉਹਨਾਂ ਦਾ ਕਹਿਣਾ ਕਿ ਕਿਸੇ ਨੇ ਆਧਾਰ ਕਾਰਡ ਬਣਾਉਣਾ ਕਿਸੇ ਨੇ ਜਾਤੀ ਸਰਟੀਫਿਕੇਟ ਬਣਾਉਣਾ ਅਤੇ ਜਿਹੜੀਆਂ ਪ੍ਰੋਬਲਮਾਂ ਉਹਨਾਂ ਨੂੰ ਆ ਰਹੀਆਂ ਨੇ ਕੀ ਕਾਰਨ ਆ ਜੀ ਇਹ ਦੇਖੋ ਜੀ ਆਧਾਰ ਕਾਰਡ ਜਿਹਦੇ ਉਹਦੀ ਵੱਖਰਾ ਇੱਕ ਕਾਊਂਟਰ ਲੱਗਿਆ ਹੋਇਆ ਉਹਦੇ ਵੱਖਰੇ ਅਸੀਂ ਟੋਕਨ ਵੰਡੇ ਸਾਰਿਆਂ ਕੋਲ ਲੈਣ ਵਾਰ ਕੰਮ ਚੱਲ ਰਿਹਾ ਅਤੇ ਜਿਹੜਾ ਹੈਗਾ ਦੂਜਾ ਬਾਕੀ ਦਾ ਕੰਮ ਉਹਦਾ ਅਸੀਂ ਸਟਾਫ ਦੇ 3 ਮੈਂਬਰ ਰਹਿ ਜਾਂਦੇ ਆ ਸਰਵਿਸਾਂ ਜ਼ਿਆਦਾ ਆ ਰਸ਼ ਥੋੜ੍ਹਾ ਜਿਹਾ ਜ਼ਿਆਦਾ ਆ ਕ ਪੁਲਿਸ ਦੀ ਭਰ ਕੇ ਭਰਤੀ ਕਰਕੇ ਰਸ਼ ਬਹੁਤ ਜ਼ਿਆਦਾ ਆ ਰਿਹਾ ਤਾਂ ਕਰਕੇ ਅਸੀਂ ਸਾਰਿਆਂ ਨੂੰ ਟੋਕਨ ਲੈ ਆਇਆ ਲੈਣ ਵਾਰ ਨਾ ਕੰਮ ਹੋ ਰਿਹਾ ਉਸ ਕੁਛ ਸਿਸਟਮ ਸਲੋ ਆ ਇੱਕ ਸਟਾਫ ਦੀ ਕਮੀ ਆ ਤਾਂ ਕਰਕੇ ਸਾਡੇ ਕਈ ਅਸੀਂ ਲੋਕਾਂ ਨੇ ਕਿ ਜਿਹੜੇ ਅਗੇ ਸਿਫਾਰਸ਼ੀ ਔਰ ਪੈਸੇ ਲੈ ਕੇ ਕੰਮ ਕੀਤੇ ਜਾਂਦੇ ਕਿੰਨੀ ਕੁ ਸੱਚਾਈ ਤੁਸੀਂ ਉਹਦੇ ਵਿੱਚ ਕਿਸੇ ਵੀ ਬੰਦੇ ਦਾ ਉਹ ਟੋਕਨ ਚੈੱਕ ਕਰ ਲਓ ਜਿਹੜੀ ਮਰਜ਼ੀ ਸਰਵਿਸ ਹੋਈ ਹੈ ਉਹ ਚੈੱਕ ਕਰ ਲਓ ਅਗਲੇ ਨੂੰ ਕਾਲ ਕਰਕੇ ਪੁੱਛ ਸਕਦੇ ਆ ਜਿਸ ਕਿਸੇ ਤੋਂ ਵੀ ਪੈਸੇ ਲਏ ਜਾਂ ਵੱਧ ਲਏ ਆ ਉਹ ਬਕਾਇਦਾ ਚੈੱਕ ਹੋ ਸਕਦਾ ਜਦੋਂ ਮਰਜ਼ੀ ਚੈੱਕ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਮੇਜਰ ਪ੍ਰੋਬਲਮ ਕਿਹੜੀ ਹੈ ਮੇਜਰ ਪ੍ਰੋਬਲਮ ਹੈ ਸਿਸਟਮ ਸਲੋ ਚੱਲਦਾ ਇੱਕ ਥੋੜ੍ਹਾ ਜਿਹਾ ਲੋਕਾਂ ਦਾ ਰਸ਼ ਜ਼ਿਆਦਾ ਭਰਤੀ ਦਾ ਕਾਰਨ ਪਰ ਕੰਮ ਹੋ ਰਿਹਾ ਜੀ ਕੰਮ ਸਾਰਿਆਂ ਦੇ ਹੋ ਰਹੇ ਇਹਨਾਂ ਨੂੰ ਹਫ਼ਤਾ ਹਫ਼ਤਾ ਹੋ ਗਿਆ ਕੰਮ ਹੋ ਰਿਹਾ ਨਹੀਂ ਸਿਸਟਮ ਆਪਦੇ ਵੱਲੋਂ ਅਸੀਂ ਜਿੰਨਾ ਕੁ ਸਿਸਟਮ ਸਲੋ ਚੱਲਦਾ ਉਹ ਗੱਲ ਸਾਡੇ ਵਾਸਤੇ ਵੱਸ ਨਹੀਂ ਗਿਆ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਕੁ ਬੰਦਾ ਆ ਗਿਆ ਸਾਰਿਆਂ ਦਾ ਕੰਮ ਹੋ ਕੇ ਸਿਰੇ ਲੱਗੇ